ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਲੋਰ ਥਾਣੇ 'ਚ ਬਤੌਰ ਥਾਣੇਦਾਰ ਤੈਨਾਤ ਬਖਸ਼ੀਸ਼ ਸਿੰਘ ਨੂੰ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਨੇ ਰਿਸ਼ਵਤ ਦੇ ਮਾਮਲੇ 'ਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਰਵੀ ਕੁਮਾਰ ਦਾ ਆਪਣੀ ਪਤਨੀ ਨਾਲ ਝਗੜਾ ਚੱਲਦਾ ਸੀ, ਜਿਸ ਸੰਬੰਧੀ ਉਹਨਾਂ ਦਾ ਕੇਸ ਚੱਲਦਾ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ ਅਤੇ ਥਾਣੇਦਾਰ ਬਖਸ਼ੀਸ਼ ਸਿੰਘ ਨੇ ਉਹਨਾਂ ਕੋਲੋਂ ਚਲਾਨ ਪੇਸ਼ ਕਰਨ ਲਈ 5000 ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਦੀ ਸੂਚਨਾ ਉਹਨਾਂ ਵੱਲੋਂ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ। ਮਾੜਾ ਜੀ, ਇਹ ਨਾ ਮੂਹਰੇ ਜਿਹੜੇ ਮਤਲਬ ਮੇਰੇ ਦੋਸ਼ੀਆਂ ਮਤਲਬ ਦੋਸ਼ੀਆਂ ਤੋਂ ਮਤਲਬ ਇਹ ਹੈਗਾ, ਜਿੱਦਾਂ ਮੇਰੇ ਮਤਲਬ ਹੈਗਾ ਡਾਕਟਰ ਦੇ ਕੋਲ ਮੇਰੇ ਸਬੂਤ ਆ, ਮੁੰਡੇ ਦੇ ਡਾਕਟਰ ਦੇ ਮੁੰਡੇ ਦਾ ਮਤਲਬ ਸਬੂਤ ਆ, ਉਹਦੇ ਨਾਲ ਇਹ ਮਤਲਬ ਖੜਰ ਵਾਲੇ ਡਾਕਟਰ ਨਾਲ ਵੀ ਜਾ ਕੇ ਰਲ ਗਿਆ। ਉਹਨੂੰ ਇਹਨੇ ਮੂਹਰੇ ਕੁੜੀ ਵਾਲਿਆਂ ਤੋਂ ਪੈਸੇ ਲੈ ਕੇ ਰਲ ਕੇ ਕੁੜੀ ਵਾਲਿਆਂ ਤੋਂ ਪੈਸੇ ਲੈ ਕੇ ਰਲ ਕੇ ਉਹਦੇ ਕੋਲੋਂ ਮੈਨੂੰ ਮਤਲਬ ਇਹ ਸ਼ੋ ਕਰਤਾ ਵੀ ਇਹ ਸੱਪ ਦਾ ਮਤਲਬ ਮੁੰਡੇ ਦਾ ਜ਼ਹਿਰ ਹੈ। ਕੌਣ ਹੈ ਜੀ, ਕੌਣ ਹੈ? ਗੁਰਚੀਤ ਸਿੰਘ। ਕੀ ਹੁਣ ਕੀ ਹੋਇਆ, ਹੁਣ ਡਿਮਾਂਡ ਕੀ ਹੋਈ ਪੈਸਿਆਂ ਦੀ ਰੱਖੀ? ਹੁਣ 5000 ਦੀ ਇਹਦੀ ਡਿਮਾਂਡ ਸੀਗੀ, ਉਹ ਅਸੀਂ ਇਹਨੂੰ ਦੇ ਤਾ। ਹਾਂਜੀ, ਅਤੇ ਅਸੀਂ ਦੂਜੇ ਨੂੰ ਬੁਲਾਇਆ ਸੀਗਾ, ਕਿਹਨਾਂ? ਦਿੱਲੀ ਲੈਸਾ ਲੈਣ, ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।